ਸਾਰੇ ਕਿਰਦਾਰਾਂ ਦੀ ਗੱਲ ਕਰਦੇ ਫਿਰਦੇ ਹੋ, ਸਰਦਾਰ ਪਤਾ ਨੀ ਕਿੱਥੇ ਬਹਿ ਗਿਆ ਏ, ਹਵਾੜਾ ਅੰਮ੍ਰਿਤਪਾਲ ਦੀ ਰਿਹਾਈ ਭੁੱਲ ਗਈ ਏ, ਠੇਕਿਆਂ ਤੇ ਸ਼ਰਾਬ ਖੁੱਲ ਗਈ ਏ, ਭਗਵੰਤ ਪੌਂਦਾ ਵੋਟੀ ਨੂੰ ਕਵਿੰਟਲ ਸੋਹਣਾ, ਪੰਜਾਬ ਨੂੰ ਬਣਾ ਕੇ ਰੱਖਤਾ ਕੋਲਾ, ਨਸ਼ਿਆਂ ਨਾਲ ਗੱਭਰੂ ਵਰਦੇ ਨੇ, ਵੀਰ ਵੀਰ ਮਾਪਿਆਂ ਨੂੰ ਸਾਂਭਣ ਲਈ ਲੜਦੇ ਨੇ, ਕਲਯੁਗ ਛਾਇਆ ਏ, ਫੈਸ਼ਨਾਂ ਦੀ ਨੇਰੀ ਲਾਇਆ ਏ, ਚੁੰਨੀ ਲੈਂਦੀ ਲੈਂਦੀ ਲੈ ਗਈ ਕੁੜੀ, ਪਾਟਿਆਂ ਕੱਪੜਿਆਂ ਜੋਗੀ ਹੀ ਰਹਿ ਗਈ, ਗੁਰੂ ਦੀਆਂ ਬੇਅਦਬੀਆਂ ਕਰਦੇ ਜੋ ਉਹ ਰਾਜਿਆਂ ਵਾਂਗੂ ਸੀਟਾਂ ਤੇ ਬਹਿੰਦੇ ਆ, ਤੁਰੀ ਜਾਂਦੇ ਗੱਭਰੂ ਪੰਜਾਬ ਤੋਂ ਪ੍ਰਦੇਸ਼, ਹਰ ਇੱਕ ਘਰ ਵਿੱਚ ਪੈਸਿਆਂ ਤੋਂ ਹੁੰਦਾ ਰੋਜ਼ ਕਲੇਸ਼, ਭੁੱਲ ਗਈਆਂ ਕੁਰਬਾਨੀਆਂ ਧਰਮ ਪ੍ਰਚਾਰ, ਗੋਬਿੰਦ ਵੀ ਕਹਿੰਦਾ ਉਹਦੇ ਸਿੰਘ ਕਰਦੇ ਉਸ ਨਾਲ ਬੇਇਨਸਾਫ, ਮੂਸੇਹਾਰੇ ਤੇ ਦੀਪ ਨੂੰ ਕਦੋਂ ਮਿਲੂ ਇਨਸਾਫ, ਜਾਂ ਪਨੂਰ ਨੇ ਨਿੱਕੀ ਜਹੀ ਗੱਲ ਕਹੀ ਨਾ ਹੈਗਾ ਕੋਈ ਸ਼ੋਰ, ਹਲੇ ਥੋੜਾ ਵੈਰੀ ਗੁੱਡ ਨੰਬਰ ਲੈ ਗਈ ਗੁੜੀਆ ਸਭ ਤੋਂ ਰਾਣੇ ਖਿੱਚੀ ਇੱਕ ਕਿਹੜਾ ਪਿੰਡ ਤੇਰਾ? ਕੋਕਰੀ। ਤੇ ਕੋਕਰੀ ਤੋਂ ਇੱਥੇ ਪੋਸਟਰ ਲਾਉਣ ਆਇਆ? ਨਹੀਂ ਵੀਰੇ, ਇੱਥੇ ਗਏ ਸੀਗੇ ਗਾਂ, ਮੈਂ ਕਿਹਾ ਯਾਰ ਪੋਸਟਰ ਲੈ ਕੇ ਆਣਾ ਯਾਰ, ਇਹਨਾਂ ਪਲਾਟ ਨਹੀਂ ਹੈਗਾ ਤਾਂ ਕੋਈ। ਅੱਛਾ ਤੂੰ ਲੈ ਚੱਲਿਆ ਸੀ? ਇਹ ਤਾਂ ਜਾਣਦੇ ਨਹੀਂ ਆ ਬੰਦਾ ਕੌਣ। ਅੱਛਾ ਲੈ ਚੱਲਿਆ ਸੀ ਹੈ ਇਹ ਪੋਸਟਰ? ਆਹੋ। ਅੱਛਾ ਅੱਛਾ ਅੱਛਾ, ਮੈਂ ਇਹਨੂੰ ਇੱਥੇ ਹੁਣ ਇੱਥੇ ਦੇਖਿਆ, ਮੈਂ ਕਿਹਾ ਪੋਸਟਰ ਕਿੱਧਰ ਲੈ ਕੇ ਚੱਲਿਆ? ਹਾਂ ਕਿੰਨ ਲਾ ਦਿਓ। ਅੱਛਾ ਇਹ ਕਹਿੰਦਾ ਹੁਣ ਮੈਂ ਕੁੱਕਰੀ ਲੈ ਚੱਲੇ ਲਾ ਕੇ। ਕਲਾਸ ਨਹੀਂ ਹੁਣ ਅਜੇ ਨਾਲ ਕਰ ਲਾ। ਹੁਣ ਕਿਵੇਂ ਕਰੀਏ ਯਾਰ ਇਹਨੂੰ? ਕੀ ਦੇਣਾ ਮਾਸਨ ਕੇ ਲਾ ਦੇ ਪੋਸਟਰ? ਨਹੀਂ ਹੁਣ ਪੋਸਟਰ ਵੀ ਲਾਉਣੇ ਨਹੀਂ, ਜਿੱਥੇ ਬੋਰਡ ਲੱਗਾ ਲੱਗਾ ਰਹਿਣ ਦੋ ਬਸ। ਕੋਈ ਨਹੀਂ ਆਪਣਾ, ਤੂੰ ਆਦੀ ਗਲਤੀ ਮੰਨ ਗਿਆ ਕਰਕੇ ਤੂੰ ਬਚ ਗਿਆ, ਨਹੀਂ ਤਾਂ ਤੇਰੇ ਮੈਂ ਉੱਥੇ ਸਿੱਟਣੀਆਂ ਸੀਗੀਆਂ। ਨਹੀਂ ਸੋਚੀ ਵੀ ਕਾਪੀ ਵੀ ਤਾਂ ਗਾਂ ਨੂੰ ਨਹੀਂ, ਆਪਾਂ ਨੂੰ ਪਤਾ ਲੱਗ ਗਿਆ ਵੀਰੇ। ਅੱਛਾ ਲੈ ਕੇ ਚੱਲੇ ਹੀ ਆਦੇ ਪਿੰਡ ਹੈ। ਬੋਰਡ ਲਾ ਕੇ ਲੈ ਚੱਲਿਆ ਸੀ, ਬੋਰਡ ਆਪਣੇ ਘਰ ਦਾ ਲੱਗਾ। 15 ਵੋਟ ਵਾਲਿਆਂ ਦਾ ਹੁੰਦਾ ਤਾਂ ਲਾ ਲੈਂਦਾ ਵੀ। ਇਹਦੇ ਦਾ ਵੀ ਲਗਾ ਹੋਵੇ ਪਾਣੀ। ਦੇਖਦਾ ਸੀ ਲਿਖਿਆ ਕੀ ਆ। ਇਹ ਤਾਂ ਤੈਨੂੰ ਮੈਂ ਆਪਾਂ ਤੁਹਾਨੂੰ ਸਹੀ ਦੱਸ ਦਿੰਨਾ ਵਾ, ਇਹਦਾ ਆਪਾਂ ਵੀਰੇ ਅੰਮ੍ਰਿਤਪਾਲ ਕਰਕੇ ਵੀਰੇ ਲੈ ਕੇ ਚੱਲੇ ਆਪਾਂ। ਅੱਛਾ ਅੱਛਾ ਅੱਛਾ, ਮੈਂ ਤੈਨੂੰ ਮੈਂ ਤਾਂ ਉਵੇਂ ਨਹੀਂ, ਆਪਾਂ ਕੋਈ ਚੱਕਰ ਆਪਾਂ ਗਲਤ ਥੋੜੀ ਕੰਮ ਕਰਨਾ ਕੋਈ। ਮੈਂ ਤੈਨੂੰ ਇਹ ਕਿਹਾ ਵੀ ਆਪਾਂ ਤਾਂ ਤੈਨੂੰ ਮੈਂ ਸਿੱਧੀ ਤੈਨੂੰ ਦੱਸਦਾ, ਆਪਾਂ ਤਾਂ ਇਹਦੇ ਬਾਬੇ ਇਹਦੇ ਕਰਕੇ ਲੈ ਚੱਲੇ ਆ। ਬਹੁਤ ਵਧੀਆ ਗੱਲ ਅੰਮ੍ਰਿਤਪਾਲ ਕਰਕੇ ਲੈ ਕੇ ਚੱਲਿਆ, ਤੇ ਮੈਂ ਤੈਨੂੰ ਆਉਂਦੇ ਨੂੰ ਮੈਂ ਪਹਿਲਾਂ ਕੀ ਕਿਹਾ, ਮੈਂ ਕਿਹਾ ਵੀ ਦਰਵਾਜ਼ਾ ਖੜਕਾ, ਦਰਵਾਜ਼ਾ ਖੜਕਾ ਕੇ ਪੁੱਛਦਾ। ਖਡੂਰ ਸਾਹਿਬ ਤੋਂ ਆਜ਼ਾਦ ਚੋਣ ਲੜ ਰਹੇ ਅੰਮ੍ਰਿਤਪਾਲ ਸਿੰਘ, ਜੋ ਕਿ ਆਪ ਤਾਂ NSA ਦੇ ਤਹਿਤ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ, ਪਰ ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਹੋਰ ਸੰਗਤ ਇਸ ਸਮੇਂ ਚੋਣ ਪ੍ਰਚਾਰ ਕਰ ਰਹੀ ਹੈ ਅਤੇ ਉਹਨਾਂ ਦੇ ਵੱਡੇ ਭਰਾ ਜਦੋਂ ਇੱਕ ਪਿੰਡ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਗਏ ਤਾਂ ਇੱਕ ਬੱਚੀ ਵੱਲੋਂ ਉਹਨਾਂ ਨੂੰ ਕੁਝ ਅਜਿਹੇ ਬੋਲ ਸੁਣਾਏ ਗਏ ਕਿ ਉਹਨਾਂ ਨੂੰ ਵੀ ਦੇਖ ਕੇ ਬਹੁਤ ਜ਼ਿਆਦਾ ਹੈਰਾਨੀ ਹੋਈ ਅਤੇ ਉਹ ਵੀ ਕਾਫੀ ਜ਼ਿਆਦਾ ਖੁਸ਼ ਹੋਏ ਅਤੇ ਉਸ ਬੱਚੀ ਦੀ ਸਰਾਹਨਾ ਕੀਤੀ। ਅਤੇ ਉੱਥੇ ਹੀ ਦੋਸਤੋ ਚੋਣ ਪ੍ਰਚਾਰਾਂ ਦੇ ਵਿੱਚ ਇੱਕ ਗੀਤ ਦੇ ਕਰਕੇ ਇੱਕ ਗਾਇਕ ਜੋੜੀ ਕਸੂਤੀ ਫਸ ਗਈ ਹੈ, ਜਿਨ੍ਹਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ, ਕਿਉਂਕਿ ਇੱਕ ਗੀਤ ਕਰਕੇ ਇਲੈਕਸ਼ਨ ਕਮਿਸ਼ਨ ਵੱਲੋਂ ਜੋ ਉਹਨਾਂ ਨੂੰ ਨੋਟਿਸ ਭੇਜਿਆ ਗਿਆ, ਜਿਸ ਦਾ ਕਾਰਨ ਇਹ ਹੈ ਕਿ ਉਹਨਾਂ ਨੇ ਕੁਝ ਕਾਨੂੰਨ ਤੋੜੇ ਨੇ ਜਿਸ ਦੇ ਕਰਕੇ ਉਹਨਾਂ ਨੂੰ ਇਹ ਨੋਟਿਸ ਭੇਜਿਆ ਗਿਆ, ਜੋ ਕਿ ਚੋਣਾਂ ਦੇ ਸੰਬੰਧ ਦੇ ਵਿੱਚ ਉਹਨਾਂ ਵੱਲੋਂ ਕੁਝ ਗਲਤੀ ਕੀਤੀ ਗਈ ਹੈ। ਅਤੇ ਉਹਨਾਂ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਦੇ ਨਾਲ ਸੰਪਰਕ ਕੀਤਾ ਗਿਆ। ਉੱਥੇ ਭਾਈ ਅੰਮ੍ਰਿਤਪਾਲ ਸਿੰਘ ਦੀ ਟੀਮ ਨੂੰ ਅੱਧੀ ਰਾਤ ਨੂੰ ਇੱਕ ਅਜਿਹਾ ਬੰਦਾ ਮਿਲਿਆ ਜੋ ਕਿ ਇੱਕ ਸਾਜਿਸ਼ ਦੇ ਤਹਿਤ ਕੁਝ ਅਜਿਹਾ ਕਰਨ ਆਇਆ ਸੀ ਕਿ ਮੌਕੇ 'ਤੇ ਉਸ ਨੂੰ ਘੇਰ ਕੇ ਉਹਦਾ ਸੌਦਾ ਲਗਾਉਣ ਦੀ ਗੱਲ ਕੀਤੀ ਜਾ ਰਹੀ ਹੈ ਇੱਕ ਵੀਡੀਓ ਅਤੇ ਉਸਦੀ ਕੈਪਸ਼ਨ ਦੇ ਵਿੱਚ। ਤੁਹਾਡੇ ਇਸ ਮਾਮਲੇ 'ਤੇ ਕੀ ਕਹਿਣਾ ਅਤੇ ਤੁਹਾਨੂੰ ਕਿਹੜਾ ਵਿਰੋਧੀ ਇਸ ਤਰ੍ਹਾਂ ਦੀ ਹਰਕਤਾਂ ਕਰਦਾ ਲੱਗਦਾ? ਜ਼ਰੂਰ ਕਮੈਂਟ ਕਰਨਾ। ਹੁਣ ਦੇਖੋ ਇਹ ਵੀਡੀਓਜ਼। ਸਤਿ ਸ਼੍ਰੀ ਅਕਾਲ ਦੋਸਤੋ, ਕੁਝ ਦਿਨ ਪਹਿਲਾਂ ਭਾਈ ਅੰਮ੍ਰਿਤਪਾਲ ਦੇ ਹੱਕ ਵਿੱਚ ਇੱਕ ਗੀਤ ਗਾਇਆ ਸੀ, ਨਸ਼ਿਆਂ ਤੋਂ ਜੇ ਤੁਸੀਂ ਪੁੱਤ ਨੇ ਬਚਾਉਣੇ ਪਾ ਦਿਓ ਵੋਟਾਂ ਭਾਈ ਅੰਮ੍ਰਿਤਪਾਲ ਨੂੰ। ਸੋ ਇਸੇ ਸੰਬੰਧ ਵਿੱਚ
ਸਾਨੂੰ ਮਾਨਯੋਗ ਇਲੈਕਸ਼ਨ ਕਮਿਸ਼ਨ ਵੱਲੋਂ ਆਈਪੀਸੀ ਦੀ ਧਾਰਾ ਦੀ ਉਲੰਘਣਾ ਦੌਰਾਨ ਇੱਕ ਨੋਟਿਸ ਜਾਰੀ ਹੋਇਆ ਸੀ ਜੋ 23 ਤਰੀਕ ਨੂੰ ਹੋਇਆ ਸੀ, ਪਰ ਸਾਡੇ ਤੱਕ ਪਹੁੰਚਦਿਆਂ 25/5/24 ਕੱਲ੍ਹ ਸ਼ਨੀਵਾਰ ਨੂੰ ਮਿਲਿਆ ਹੈ, ਜਿਹਦੇ ਵਿੱਚ ਸਮਾਂ ਦਿੱਤਾ ਗਿਆ ਸੀ ਸਿਰਫ 24 ਘੰਟਿਆਂ ਵਿੱਚ ਤੁਸੀਂ ਪੇਸ਼ ਹੋਣਾ ਹੈ। ਸੋ ਇਸ ਵਿੱਚ ਜੋ ਸਪਸ਼ਟੀਕਰਨ ਵਾਸਤੇ ਜ਼ਰੂਰੀ ਕਾਗਜ਼ਾਤਾਂ ਦੀ ਲੋੜ ਪੈਣੀ ਹੈ, ਜੋ ਭਾਈ ਅੰਮ੍ਰਿਤਪਾਲ ਦੀ ਇਲੈਕਸ਼ਨ ਲੜਾਉਣ ਵਾਲੀ ਕਮੇਟੀ ਜਾਂ ਉਹਨੇ ਪਿਤਾ ਜੀ ਹੀ ਸਾਨੂੰ ਪ੍ਰਾਪਤ ਕਰਵਾ ਸਕਦੇ ਹੈ। ਸੋ ਸਾਡਾ ਫੇਸਬੁੱਕ, ਅਸੀਂ ਇਲੈਕਸ਼ਨ ਕਮਿਸ਼ਨ ਜਾਂ ਸਰਕਾਰੀ ਹੁਕਮਾਂ ਨੂੰ ਮੰਨਦੇ ਹੋਏ ਇੱਕ ਦਿਨ ਦਾ ਹੋਰ ਸਮਾਂ ਮੰਗਦੇ ਹਾਂ ਕਿ ਜੋ ਸਾਡੇ ਪੂਰੇ ਕਾਗਜ਼ ਜੋ ਅੰਮ੍ਰਿਤਪਾਲ ਭਾਈ ਖਡੂਰ ਸਾਹਿਬ ਤੋਂ ਉਹਨਾਂ ਦੇ ਮੁੱਖ ਦਫ਼ਤਰ ਤੋਂ ਹੀ ਮਿਲ ਸਕਦੇ ਹੈ, ਇੱਕ ਦਿਨ ਦਾ ਹੋਰ ਸਮਾਂ ਦਿੱਤਾ ਜਾਵੇ। ਜੋ ਸਾਡਾ ਯੂਟਿਊਬ ਚੈਨਲ ਹੈ ਮੇਵਾ ਦੁੱਲੇ ਵਾਲਾ, ਫੇਸਬੁੱਕ 'ਤੇ ਪੰਜਾਬੀ 'ਤੇ ਲਿਖਿਆ ਹੋਇਆ ਹੈ ਮੇਵਾ ਦੁੱਲੇ ਵਾਲੀਆ। ਸੋ ਇੱਕ ਦਿਨ ਹੋਰ ਦਿੱਤਾ ਜਾਵੇ, ਅਸੀਂ ਧੰਨਵਾਦੀ ਹੋਵਾਂਗੇ। ਅਸੀਂ ਕਦੇ ਨਹੀਂ ਕਿਹਾ ਕਿ ਸਾਡੀ ਵੀਡੀਓ ਨੂੰ ਸ਼ੇਅਰ ਕਰੋ, ਐਰਕੀ ਵਾਰ ਸ਼ੇਅਰ ਕਰਕੇ, ਕਿਉਂਕਿ ਇਲੈਕਸ਼ਨ ਦਾ ਟਾਈਮ ਹੈ, ਭਾਈ ਅੰਮ੍ਰਿਤਪਾਲ ਦੇ ਪਿਤਾ ਜੀ ਸ਼ਾਇਦ ਕਿਹੜੇ ਪਿੰਡ ਹੋਣ ਪਤਾ ਨਹੀਂ, ਉਹਨਾਂ ਤੱਕ ਜਲਦੀ ਜਲਦੀ ਪਹੁੰਚ ਜਾਵੇ ਨੂੰ, ਜਾਂ ਫੋਨ ਲਾ ਲੈਣ, ਜਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਲਦੀ ਮਿਲਦੀ। ਸਾਡਾ ਨੰਬਰ ਹੈਗਾ ਜੀ 98-147-81-153। ਧੰਨਵਾਦ, ਮਿਹਰਬਾਨੀ, ਸ਼ੁਕਰੀਆ ਜੀ। ਕਿਹੜਾ ਪਿੰਡ ਤੇਰਾ? ਤੇ ਕੋਕਰੀ ਤੋਂ ਇੱਥੇ ਪੋਸਟਰ ਲਾਉਣ ਆਇਆ? ਨਹੀਂ ਵੀਰੇ, ਇੱਥੇ ਗਏ ਸੀਗੇ ਗਾਂ, ਮੈਂ ਕਿਹਾ ਯਾਰ ਪੋਸਟਰ ਲੈ ਕੇ ਜਾਣਾ ਯਾਰ, ਮੈਂ ਪਲਾਸ ਦੇ ਨਹੀਂ ਹੈਗਾ ਤਾਂ ਕੋਈ। ਅੱਛਾ ਤੂੰ ਲੈ ਚੱਲਿਆ? ਇਹ ਤਾਂ ਜਾਣਦੇ ਨਹੀਂ ਆ ਬੰਦਾ ਕੌਣ। ਅੱਛਾ ਲੈ ਚੱਲਿਆ ਸੀ ਹੈ ਇਹ ਪੋਸਟਰ? ਆਹੋ। ਅੱਛਾ ਅੱਛਾ ਅੱਛਾ, ਮੈਂ ਇਹਨੂੰ ਇੱਥੇ ਹੁਣ ਇਹਦਾ ਦੇਖਿਆ, ਮੈਂ ਕਿਹਾ ਪੋਸਟਰ ਕਿੱਧਰ ਲੈ ਕੇ ਚੱਲਿਆ? ਹਾਂ ਕਿੰਨ ਲਾ ਦਿਓ। ਅੱਛਾ ਇਹ ਕਹਿੰਦਾ ਹੁਣ ਮੈਂ ਕੁੱਕਰੀ ਲੈ ਕੇ ਲਾ ਕੇ ਪਲਾਸ ਨਹੀਂ ਹੋਣਾ ਅਜੇ ਨਾਲ ਕਰ ਲੈ ਹੁਣ ਕਿਵੇਂ ਕਰੀਏ ਯਾਰ ਇਹਨੂੰ ਕਿਹਦੇ ਨਾਲ ਲਿਖਿਆ ਕੀ ਆ? ਬਹੁਤ ਵਧੀਆ ਗੱਲ, ਅੰਮ੍ਰਿਤਪਾਲ ਕਰਕੇ ਲੈ ਕੇ ਚੱਲਿਆ। ਤੇ ਮੈਂ ਤੈਨੂੰ ਆਉਂਦੇ ਨੂੰ ਮੈਂ ਪਹਿਲਾਂ ਕੀ ਕਿਹਾ, ਮੈਂ ਕਿਹਾ ਵੀ ਦਰਵਾਜ਼ਾ ਖੜਕਾ, ਦਰਵਾਜ਼ਾ ਖੜਕਾ ਕੇ ਪੁੱਛਦਾ। ਵੋਟੀ ਨੂੰ ਕਮੈਂਟਰ ਸੋਹਣਾ ਪੰਜਾਬ ਨੂੰ ਬਣਾ ਕੇ ਰੱਖਤਾ ਕੋਲਾ, ਨਸ਼ਿਆਂ ਨਾਲ ਗੱਭਰੂ ਮਰਦੇ ਨੇ, ਵੀਰ ਵੀਰ ਮਾਪਿਆਂ ਨੂੰ ਸਾਂਭਣ ਲਈ ਲੜਦੇ ਨੇ, ਕਲਯੁਗ ਛਾਇਆ ਏ ਫੈਸ਼ਨਾਂ ਦੀ ਨੇਰੀ ਲਾਇਆ ਏ, ਚੁੱਟੀ ਲੈਂਦੀ ਲੈਂਦੀ ਲੈ ਗਈ ਕੁੜੀ, ਪਾਟਿਆਂ ਕੱਪੜਿਆਂ ਜੋਗੀ ਹੀ ਰਹਿ ਗਈ, ਗੁਰੂ ਦੀਆਂ ਬੇਅਦਬੀਆਂ ਕਰਦੇ ਜੋ ਉਹ ਰਾਜਿਆਂ ਵਾਂਗੂ ਸ਼ੀਟਾਂ ਤੇ ਬਹਿੰਦੇ ਆ,
ਤੁਰੀ ਜਾਂਦੇ ਗੱਭਰੂ ਪੰਜਾਬ ਤੋਂ ਪ੍ਰਦੇਸ਼, ਹਰ ਇੱਕ ਘਰ ਵਿੱਚ ਪੈਸਿਆਂ ਤੋਂ ਹੁੰਦਾ ਰੋਜ ਕਲੇਸ਼, ਭੁੱਲ ਗਈਆਂ ਕੁਰਬਾਨੀਆਂ ਧਰਮ ਪ੍ਰਚਾਰ, ਗੋਬਿੰਦ ਵੀ ਕਹਿੰਦਾ ਉਹਦੇ ਸਿੰਘ ਕਰਦੇ ਉਸ ਨਾਲ ਬੇਇਨਸਾਫ, ਮੂਸੇ ਵਾਲੇ ਤੇ ਦੀਪ ਨੂੰ ਕਦੋਂ ਮਿਲੋ ਇਨਸਾਫ, ਜਪ ਨੂਰ ਨੇ ਨਿੱਕੀ ਜਿਹੀ ਗੱਲ ਕਹੀ ਨਾ ਹੈਗਾ ਕੋਈ ਸ਼ੋਰ, ਹਲੇ ਥੋੜਾ ਵੈਰੀ ਗੁੱਡ ਨੰਬਰ ਲੈ ਗਈ ਗੁੜੀਆ ਸਭ ਤੋਂ ਆ ਰਾਣੇ ਖਿੱਚੀ ਇੱਕ ਆ ਮੇਰਾ ਪੁਰਾਣਾ ਯਾਰ ਲੱਭ ਗਿਆ ਜੀ ਇੱਧਰ ਇੱਧਰ ਇੱਧਰ।